ਆਪਣੇ ਦੇਖ ਰਹੇ ਹਾਂ ਪਹੀਆ ਵੀ ਬਹੁਤ ਹੈਵੀ ਰੱਖਿਆ ਹੋਇਆ ਹੈਗਾ ਤੁਸੀਂ ਨੇ, ਮੇਰੇ ਤਾਂ ਉਹ ਜੀ ਪੁਰਾਣਾ ਦ੍ਰਿਸ਼ ਯਾਦ ਆ ਰਿਹਾ ਰਮਾਇਣ ਵਾਲਾ ਕਥਾ ਵਾਲਾ, ਹੈ ਨਾ ਪੁਰਾਣੇ ਰੱਥ ਹੁੰਦੇ ਸੀਗੇ, ਮੈਂ ਉਦੋਂ ਤਾਂ ਉੱਥੇ ਉਹ ਰੱਥਾਂ ਦੇ ਵਿੱਚ ਤਾਂ ਦੇਖਿਆ ਸੀ ਟੀਵੀ ਦੇ ਵਿੱਚ ਤਾਂ ਦੇਖੇ ਸੀ ਐਡੇ ਵੱਡੇ ਵੱਡੇ, ਪਰ ਅੱਜ ਪਹਿਲੀ ਵਾਰੀ ਦੇਖ ਰਿਹਾ ਹੈਗਾ। ਫਿਰ ਇਹ ਵੀ ਬਈ ਹੱਥੀਂ ਤਿਆਰ ਕੀਤਾ ਗਿਆ ਜੀ ਵੀਰੇ? ਸਾਰਾ ਹੱਥੀਂ ਤਿਆਰ ਕੀਤਾ ਜੀ, ਟੋਟਲ ਹੱਥੀਆਂ, ਕੋਈ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਆਪਾਂ ਆਹ ਚੀਜ਼ ਲੈ ਗਏ ਖਰਾਦ ਤੇ ਚੜ੍ਹਦੀ, ਖਰਾਦ ਵਾਲੇ ਨੇ ਬਣਾ ਕੇ ਦਿੱਤੀ ਆਪਾਂ ਨੂੰ, ਇਹ 400 ਲੱਕੜ ਦੇ ਵਿੱਚੋਂ ਹੱਥੀਂ ਰੰਦੇ ਨਾਲ ਕਰੀ ਆ ਜੀ ਸਾਰੀ। ਇਹ ਜਦੋਂ ਫਿਰ ਤੁਹਾਡੇ ਕੋਲ ਬਣਨਾ ਆਇਆ ਸੀਗਾ ਨਾ, ਤਿਆਰ ਹੋਣ ਨੂੰ ਆਇਆ ਸੀਗਾ, ਹਾਲਤ ਕਿਹੋ ਜਿਹੀ ਸੀ ਇਹਦੀ? ਬਹੁਤ ਗੰਭੀਰ ਸੀ ਵੀਰੇ, ਬਹੁਤ ਜ਼ਿਆਦਾ, ਅਤੇ ਕੁਛ ਇਹਦੇ ਪਾਰਟ ਵੀ ਚੇਂਜ ਕੀਤੇ ਨੇ ਅਸੀਂ ਨੇ, ਅਤੇ ਖਾਸੀ ਜਾਣੀ ਕਿ ਮੰਦੀ ਹਾਲਤ ਸੀ ਇਹਦੀ, ਵੀ ਦੇਖ ਕੇ ਐਂ ਲੱਗਦਾ ਸੀ ਵੀ ਇਹਨੂੰ ਕਿਵੇਂ ਕਰਾਂਗੇ। ਕਈ ਤਾਂ ਇਹ ਕਹਿੰਦੇ ਸੀ ਇਹ ਹੋਣਾ ਹੀ ਨਹੀਂ, ਤਿਆਰ ਹੀ ਨਹੀਂ ਹੋਣਾ ਤੇਤੋਂ। ਅੱਛਾ, ਇੱਦਾਂ ਜੀ, ਫਿਰ ਹੁਣ ਕਰਕੇ ਦਿਖਾਤਾ, ਹੁਣ ਤਾਂ ਫਿਰ ਫੋਟੋ ਫੋਟੋ ਕਰਾਉਂਦੇ ਹੋਣਗੇ ਨਾਲ ਖੜ ਕੇ, ਕਹਿੰਦੇ ਤਾਂ ਹੋਣਗੇ ਯਾਰ ਵੀਰ ਤੇਰੀ ਫੋਟੋ ਕਰਾ ਲੈਂਦੇ। ਬਾਅਦ 'ਚ ਤਾਂ ਬਹੁਤ ਕੁਛ ਹੁੰਦਾ ਵੀਰੇ, ਗੱਲ ਤਾਂ ਮੌਕੇ ਦੀ ਹੁੰਦੀ ਆ ਵੀ ਜਦੋਂ ਬੰਦਾ ਆਪਾਂ ਨੂੰ ਕਹਿੰਦਾ ਵੀ ਨਹੀਂ ਯਾਰ ਤੇਤੋਂ ਨਹੀਂ ਹੋਣਾ ਇਹ। ਕਹਿੰਦੇ ਭਾਈ ਦੇਖੋ ਦੇਖ ਨਵੇਂ ਨਵੇਂ ਆਰਡਰ ਆਉਣੇ ਸ਼ੁਰੂ ਹੋ ਜਾਂਦੇ ਨੇ, ਨਾ ਫਿਰ ਨਵੇਂ ਨਵੇਂ ਕੋਈ ਹੋਰ ਡਿਮਾਂਡਾਂ ਖੜੀਆਂ ਹੋਣੀਆਂ ਸ਼ੁਰੂ ਹੋ ਜਾਂਦੇ ਨੇ, ਫਿਰ ਇਸ ਤੋਂ ਬਾਅਦ ਕੋਈ ਹੋਰ ਆਰਡਰ ਆਇਆ ਇਸ ਤਰ੍ਹਾਂ ਦਾ, ਜਾਂ ਫਿਰ ਕਿਸੇ ਨੇ ਕੰਟੈਕਟ ਹੋਇਆ ਵੀ ਕੋਈ ਤਿਆਰ ਕਰਕੇ ਦੋ? ਹਾਂਜੀ ਬਹੁਤ ਆ ਰਹੇ ਨੇ ਵੀਰੇ, ਕਾਲਾਂ ਬਹੁਤ ਆ ਰਹੀਆਂ ਨੇ, ਬਾਹਰੋਂ ਵੀ ਫੋਰਨ ਚੋਂ ਵੀ ਫੋਨ ਆ ਰਹੇ ਨੇ, ਅਤੇ ਦੇਖਦੇ ਅੱਗੇ ਨੈਕਸਟ ਟਾਈਮ ਕੀ ਬਣਦਾ ਜੀ। ਬਈ ਜਿਵੇਂ ਹੁੰਦਾ ਨਾ ਕਈ ਵਾਰ ਨਾ ਘਰ ਦੇ ਹੀ ਕਹਿਣ ਲੱਗ ਜਾਂਦੇ ਨੇ ਯਾਰ ਵੀ ਹੁਣ ਤੈਨੂੰ ਬਹੁਤ ਟਾਈਮ ਹੋ ਗਿਆ, ਵੀ ਘਰ ਦੇ ਬਾਰੇ ਵੀ ਦੇਖ ਲਾ ਥੋੜ੍ਹਾ ਜਿਹਾ, ਜਾਂ ਫਿਰ ਕੰਮ ਦੇ ਬਾਰੇ ਵੀ ਦੇਖ ਲਾ, ਕੁਛ ਇੱਦਾਂ ਤੱਕ ਤਾਂ ਨਹੀਂ ਸੁਣਨ ਨੂੰ ਮਿਲਿਆ ਯਾਰ? ਸਾਰੀਆਂ ਗੱਲਾਂ ਹੀ ਹੁੰਦੀਆਂ ਨੇ ਹੈ ਨਾ ਜੀ, ਹੁਣ ਵੀ ਜਾਣੀ ਕਿ ਸਾਨੂੰ ਆਈ ਹੋਇਆ ਵੀ ਛੇਤੀ ਇਹਨੂੰ ਕਰਕੇ ਦੇ ਦਈਏ, ਹਾਂ ਵੀ ਪਰ ਗੱਲ ਉਹੀ ਆ ਵੀ ਜਦੋਂ ਜਾਣਾ ਇਹਨੇ ਉਦੋਂ ਹੀ ਜਾਣਾ। ਨਮਸਕਾਰ, ਪੰਜਾਬ ਨਿਊਜ਼ ਨਾਲ ਜੁੜਿਓ ਤੁਸੀਂ ਅਤੇ ਮੈਂ ਹਰਦੀਪ ਸ਼ੇਰਪੁਰ ਤੁਹਾਡਾ ਸਵਾਗਤ ਕਰਦਾ, ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ। ਦੋਸਤੋ ਕਹਿੰਦੇ ਭਾਈ ਪੰਜਾਬ ਨੇ ਭਾਵੇਂ ਤਰੱਕੀ ਬੜੀ ਕਰ ਲਈ, ਪਰ ਕਹਿੰਦੇ ਜਿਹੜੇ ਪੁਰਾਣੇ ਰੀਤੀ ਰਿਵਾਜ਼ ਸੀ ਜਾਂ ਫਿਰ ਕਹਿ ਸਕਦੇ ਹਾਂ ਪੁਰਾਣੇ ਔਜ਼ਾਰ ਸੀ, ਅੱਜ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਸਮਾਏ ਹੋਏ ਨੇਗੇ। ਅੱਜ ਤੁਹਾਨੂੰ ਇੱਕ ਅਜਿਹੀ ਦੁਰਲੱਭ ਚੀਜ਼ ਦੇ ਸਨਮੁੱਖ ਕਰਾਵਾਂਗੇ, ਦਰਸ਼ਨ ਕਰਾਵਾਂਗੇ ਅਤੇ ਦਿਖਾਵਾਂਗੇ ਵੀ ਕਿ ਕਿਸ ਤਰ੍ਹਾਂ ਤਿਆਰ ਕੀਤਾ ਗਿਆ ਇਹ। ਤੁਸੀਂ ਦੇਖ ਸਕਦੇ ਹੋ ਮੇਰੇ ਕੋਲ ਨਾ ਇੱਕ ਗੱਡਾ ਖੜਾ ਭਾਈ, ਇੰਨੀਆਂ ਜ਼ਿਆਦਾ ਲਿਸ਼ਕਾਂ ਪੈ ਰਹੀਆਂ ਨੇਗੀਆਂ, ਐਂ ਲੱਗਦਾ ਜਿਵੇਂ ਹੁਣੇ ਹੁਣੇ ਤਿਆਰ ਹੋਇਆ ਹੋਵੇ ਨਾ। ਵੈਸੇ ਤਾਂ ਜਿਵੇਂ ਮੈਂ ਪਹਿਲਾਂ ਵੀ ਕਿਹਾ ਭਾਈ ਦੁਰਲੱਭ ਚੀਜ਼ਾਂ ਨੇਗੀਆਂ, ਬਣਨੀਆਂ ਤਾਂ ਦੂਰ ਦੀ ਗੱਲ, ਅੱਜ ਕੱਲ੍ਹ ਤਾਂ ਦੇਖਣੀਆਂ ਵੀ ਮੁਸ਼ਕਿਲ ਹੋਈਆਂ ਨੇਗੀਆਂ। ਟਾਵਾਂ ਟਾਵਾਂ ਸ਼ਖਸ ਨੇਗੇ ਜਿਨ੍ਹਾਂ ਦੇ ਕੋਲ ਪੁਰਾਣਾ ਇਤਿਹਾਸ ਸਾਂਭਿਆ ਹੋਇਆ ਗਾ, ਅਤੇ ਅੱਜ ਅਜਿਹੇ ਸ਼ਖਸ ਬਾਈ ਰਣਧੀਰ ਬਾਈ ਕੋਲ ਪਹੁੰਚੇ, ਅਸੀਂ ਕੱਟੂ ਵਿਖੇ ਖੜਿਆਂਗੇ, ਅਸੀਂ ਬਰਨਾਲੇ ਦੇ ਲਾਗੇ ਪਿੰਡ ਕੱਟੂ ਵਿਖੇ ਖੜਿਆਂਗੇ ਅਤੇ ਇਸ ਚੀਜ਼ ਬਾਰੇ ਗੱਲਾਂ ਬਾਤਾਂ ਕਰਾਂਗੇ ਆਪਾਂ। ਤੁਹਾਨੂੰ ਇੱਕ ਹੋਰ ਚੀਜ਼ ਮੈਂ ਨਵੀਂ ਦੱਸ ਦੇਣੀ ਚਾਹੁੰਦਾਗਾ, ਕਿਉਂਕਿ ਪਹਿਲਾਂ ਵੀ ਅਸੀਂ ਅਜਿਹੇ ਪੁਰਾਣੇ ਗੱਡਿਆਂ ਨਾਲ ਤੁਹਾਨੂੰ ਸਨਮੁੱਖ ਕਰਾਇਆ ਸੀਗਾ, ਪਹਿਲਾਂ ਵੀ ਇੱਕ ਬਜ਼ੁਰਗ ਦੇ ਕੋਲ ਜਿਹੜਾ ਪੁਰਾਣਾ ਗੱਡਾ ਇਸ ਤਰ੍ਹਾਂ 'ਤੇ ਖੜ੍ਹਾ ਸੀਗਾ ਸਨਮੁੱਖ ਕਰਾਇਆ ਸੀ, ਪਰ ਉਹ ਗੱਡਾ ਖਰੀਦਿਆ ਹੋਇਆ ਸੀਗਾ, ਇਹ ਗੱਡਾ ਖਰੀਦਿਆ ਨਹੀਂ ਹੋਇਆ, ਬਾਈ ਨੇ ਪੁਰਾਣੇ ਗੱਡੇ ਨੂੰ ਆਪਦੇ ਹੱਥੀਂ ਖੁਦ ਮੋਡੀਫਾਈ ਕੀਤਾ ਗਾ। ਕਿੰਨਾ ਕੁ ਸਮਾਂ ਲੱਗ ਗਿਆ, ਕਿੰਨਾ ਕੁ ਟਾਈਮ ਖਰਚ ਹੋਇਆ, ਜਾਂ ਫਿਰ ਕਿੰਨੀ ਕੁ ਮਿਹਨਤ ਲੱਗੀ, ਸਾਰੀਆਂ ਗੱਲਾਂ ਆਪਾਂ ਬਾਈ ਨਾਲ ਕਰਾਂਗੇ। ਬੇਨਤੀ ਸਾਡੇ ਨਾਲ ਮੌਜੂਦ ਨੇ ਬਾਈ, ਕੀ ਹਾਲ ਹੈ, ਠੀਕ ਹੋ? ਸਿਹਤ ਕਾਇਮ ਨੇ ਜੀ? ਹਾਂਜੀ ਵੀਰੇ ਵਧੀਆ ਜੀ, ਬਹੁਤ ਬਹੁਤ ਵਧੀਆ ਜੀ। ਹੋਰ ਪਹਿਲਾਂ ਤਾਂ ਮੈਂ ਪੁੱਛੂੰਗਾ ਕਿ ਕਿਵੇਂ ਆ, ਸਿਹਤ ਕਿਵੇਂ ਆ, ਤੰਦਰੁਸਤ ਹੈ? ਹਾਂਜੀ ਠੀਕ ਠਾਕ ਜੀ, ਵਧੀਆ ਜੀ, ਬਿਲਕੁਲ, ਤੁਸੀਂ ਦੱਸੋ ਜੀ। ਬਾਈ ਮੈਂ ਦੇਖਿਆ, ਮੈਂ ਕਿਹਾ ਭਾਈ ਅੱਜ ਦੁਰਲੱਭ ਚੀਜ਼ ਦਿਖਾਉਣ ਜਾ ਰਹੇ ਹੈਗੇ ਹੈ ਵੀ ਪੂਰੀ, ਮੈਂ ਕਿਹਾ ਲਿਸ਼ਕਾਂ ਮਾਰ ਰਹੀ ਹੈਗੀ, ਪਹਿਲਾਂ ਤਾਂ ਮੈਂ ਇਹੀ ਪੁੱਛੂੰਗਾ ਵੀ ਕਿੰਨੇ ਕੁ ਚਿਰ ਤੋਂ ਸਾਂਭੀ ਹੋਈ ਹੈਗੀ ਇਹ ਚੀਜ਼? ਇਹ ਵੀਰੇ ਐਂ ਮੰਨ ਕੇ ਚੱਲੋ ਲਗਭਗ 70-75 ਸਾਲ ਪੁਰਾਣੀ ਜੀ। 70-75 ਸਾਲ? ਹਾਂਜੀ ਹਾਂਜੀ ਹਾਂਜੀ। ਇਹ ਬਈ ਫਿਰ ਤਿਆਰ ਵੀ ਹੁਣ ਤੁਸੀਂ ਕਰਤੀ ਖੁਦ, ਹੈ ਨਾ, ਫਿਰ ਪੂਰੀਆਂ ਲਿਸ਼ਕਾਂ ਲੁਸ਼ਕਾਂ ਵੱਜ ਰਹੀਆਂ ਨੇਗੀਆਂ, ਇਹ ਫਿਰ ਸਾਰਾ ਹੱਥੀਂ ਤਿਆਰ ਕਰਿਆ? ਹਾਂਜੀ ਸਾਰਾ ਹੱਥੀਂ ਵਰਕ ਕੀਤਾ ਜੀ, ਕੋਈ ਮਸ਼ੀਨੀ ਵਰਕ ਨਹੀਂ ਹੈਗਾ ਜੀ। ਕੋਈ ਮਸ਼ੀਨੀ ਵਰਕ? ਨਹੀਂ ਜੀ ਨਹੀਂ, ਇਹ ਨਹੀਂ ਹੈਗਾ ਵੀ ਆਪਾਂ ਕੋਈ ਖਰਾਦ ਤੇ ਚੀਜ਼ ਬਣਵਾ ਕੇ ਲਿਆਏ ਜਾਂ ਇਹਦੀ ਕੁਛ ਹੋਰ ਕਰਿਆ ਜੀ, ਸਾਰਾ ਹੱਥੀਂ ਕਰਿਆ ਜੀ। ਸਾਰਾ ਹੱਥੀਂ? ਹਾਂਜੀ ਹਾਂਜੀ ਹਾਂਜੀ। ਵੈਸੇ ਬਈ ਮੈਂ ਇੱਕ ਗੱਲ ਦੇਖਿਆ, ਜਿਵੇਂ ਤੁਸੀਂ ਕਿਹਾ ਹੱਥੀਂ ਕਰਿਆ ਗਾ, ਫਿਰ ਜਿਵੇਂ ਆ ਤਾਂਬਾ ਲੱਗਿਆ ਹੋਇਆ ਗਾ ਨਾ ਇਹਦੇ ਵਿੱਚ, ਸੋਰੀ ਪਿੱਤਲ, ਪਿੱਤਲ ਲੱਗਿਆ ਹੋਇਆ ਗਾ, ਇਹ ਮੈਂ ਦੇਖ ਰਿਹਾ ਗਾ, ਫਿਰ ਇਹ ਪਿੱਤਲ ਫਿਰ ਆਪ ਤਿਆਰ ਕਰਿਆ ਜਾਂ ਫਿਰ ਪਹਿਲਾਂ ਇਹਦਾ ਪੁਰਾਣੇ ਗੱਡੇ 'ਚੋਂ ਲੱਗਿਆ ਹੋਇਆ ਸੀਗਾ ਜੀ? ਇਹ ਤੇ ਜਾਣੀ ਕਿ ਜਦੋਂ ਅਸੀਂ ਇਹਨੂੰ ਲੈ ਕੇ ਆਏ ਜੀ ਭਾਈ ਰੂਪੇ ਤੋਂ, ਤੇ ਜੰਗਾਲ ਲੱਗੀ ਹੋਈ ਸੀ ਇਹਨੂੰ, ਇਹ ਸਾਰਾ ਅਸੀਂ ਹੱਥੀਂ ਸਾਫ਼ ਕੀਤਾ ਜੀ। ਹੱਥੀਂ ਸਾਫ਼? ਹਾਂਜੀ ਹਾਂਜੀ ਹਾਂਜੀ, ਬਿਲਕੁਲ, ਪਹਿਲਾਂ ਦੇਖ ਨਹੀਂ ਰਿਹਾ ਸੀਗਾ ਜੀ ਇਹ। ਕੀ ਬਾਤ ਹੈ, ਮੈਂ ਦੇਖ ਰਿਹਾ ਭਈ ਇਹ ਵੀ ਬਹੁਤ ਹੈਵੀ ਰੱਖਿਆ ਹੋਇਆ ਹੈਗਾ ਤੁਸੀਂ ਨੇ, ਮੇਰੇ ਤਾਂ ਉਹ ਜੀ ਪੁਰਾਣਾ ਦ੍ਰਿਸ਼ ਯਾਦ ਆ ਰਿਹਾ ਰਮਾਇਣ ਵਾਲਾ ਕਥਾ ਵਾਲਾ, ਹੈ ਨਾ, ਪੁਰਾਣੇ ਰੱਥ ਹੁੰਦੇ ਸੀਗੇ, ਮੈਂ ਉਦੋਂ ਤਾਂ ਉੱਥੇ ਉਹ ਰੱਥਾਂ ਦੇ ਵਿੱਚ ਤਾਂ ਦੇਖਿਆ ਸੀ, ਟੀਵੀ ਦੇ ਵਿੱਚ ਤਾਂ ਦੇਖੇ ਸੀ ਐਡੇ ਵੱਡੇ ਵੱਡੇ, ਪਰ ਅੱਜ ਪਹਿਲੀ ਵਾਰੀ ਦੇਖ ਰਿਹਾ ਗਾ, ਫਿਰ ਇਹ ਵੀ ਬਈ ਹੱਥੀਂ ਤਿਆਰ ਕੀਤਾ ਗਿਆ? ਹਾਂਜੀ ਵੀਰੇ ਸਾਰਾ ਹੱਥੀਂ ਤਿਆਰ ਕੀਤਾ ਜੀ, ਟੋਟਲ ਹੱਥੀਆਂ, ਕੋਈ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਆਪਾਂ ਆਹ ਚੀਜ਼ ਲੈ ਗਏ ਖਰਾਦ ਤੇ ਚੜ੍ਹਦੀ, ਖਰਾਦ ਵਾਲੇ ਨੇ ਬਣਾ ਕੇ ਦਿੱਤੀ ਆਪਾਂ ਨੂੰ, ਇਹ 400 ਲੱਕੜ ਦੇ ਵਿੱਚੋਂ ਹੱਥੀਂ ਰੰਦੇ ਨਾਲ ਕਰੀ ਆਈ ਸਾਰੀ। ਫਿਰ ਇੰਨੀ ਸ਼ੇਪ ਲੈ ਕੇ ਆਉਣੀ, ਇੰਨੀ ਪ੍ਰੋਪਰ ਪੂਰਾ ਰਾਊਂਡ ਲੈ ਕੇ ਆਉਣਾ, ਹੈ ਨਾ, ਇਹਨੂੰ ਇੱਥੋਂ ਇਹ ਪੂਰਾ ਤਿਆਰ ਕਰਨਾ ਪ੍ਰੋਪਰ, ਇਹ ਤਾਂ ਫਿਰ ਔਖਾ ਬੜਾ ਹੋਣਾ। ਇਹ ਤਾਂ ਇਹ ਸਾਰਾ ਵੀਰੇ
ਤੇ ਕੁਇੰਟਲ ਪਲੱਸ ਹੀ ਹੋਊਗਾ ਜੀ। ਫਿਰ ਜਦੋਂ ਮੈਂ ਕਹਿੰਦਾ ਬਣਾਉਂਦੇ ਹੋਵੋਗੇ ਵੀਰੇ, ਜਦੋਂ ਫਿਰ ਚੱਕਦੇ ਚੁੱਕਣਾ ਹੋਇਆ ਕਰੂਗਾ ਜਾਂ ਫਿਰ ਭਾਈ ਚੱਕ ਕੇ ਪੀਸ ਜੋੜਨਾ ਜੋੜਨਾ ਹੋਊਗਾ, ਫਿਰ ਤਾਂ ਮੇਰੇ ਖਿਆਲ ਨਾਲ ਬਾਹਰੋਂ ਦੋ ਚਾਰ ਬੰਦੇ ਕਹਿਣਾ ਬਣ ਗਿਆ ਆਇਓ ਯਾਰ ਮਾੜਾ ਜਿਹਾ ਹੱਥ ਲਵਾਇਓ। ਜ਼ਰੂਰ ਵੀਰੇ, ਜ਼ਰੂਰ ਹੈ। ਜਦੋਂ ਅਸੀਂ ਜਾਣੀ ਕਿ ਚੱਕ ਇਹਨੂੰ ਲੈ ਕੇ ਆਏ ਇੱਥੇ, ਪਹਿਲਾਂ ਮੈਂ ਆਪਣੇ ਘਰ ਬਣਾਏ ਸੀ, ਹੁਣੇ ਫਰੈਂਡ ਦੇ ਘਰ ਆ ਜੀ, ਅਰਸ਼ਦੀਪ ਦੇ ਘਰ ਆ ਪਿੰਡ ਗੱਟੂ, ਅਤੇ ਆਪਦੇ ਮੈਂ ਕੋਠੇ 'ਤੇ ਬਣਾਏ ਸੀ ਵੀਰੇ ਇਹ। ਅੱਛਾ, ਕੋਠੇ ਤੋਂ ਨੀਚੇ ਪੌੜੀ ਲਾਈ ਰਾਹੇ ਨੇ, ਬਹੁਤ ਔਖੇ ਲਾਏ ਨੇ ਮੈਂ। ਬਹੁਤ ਔਖੇ ਲਾਏ? ਹਾਂਜੀ ਹਾਂਜੀ ਹਾਂਜੀ। ਮੈਂ ਸੋਚ ਲੈਂਦਾ ਹੋਊਂਗੀ ਯਾਰ ਵੀ ਤਾਂ ਥੱਲੇ ਹੀ ਕਰ ਲੈਂਦੇ, ਤਾਂ ਪੰਗਾ ਹੀ ਲੈ ਲਿਆ ਕੋਠੇ 'ਤੇ ਬਣਾ ਕੇ। ਬਹੁਤ ਜ਼ਿਆਦਾ ਵੀਰੇ ਯਾਰ, ਬਹੁਤ ਔਖੇ ਲਾਏ ਨੇ, ਬਹੁਤ ਜ਼ਿਆਦਾ। ਅੱਛਾ, ਕਿਉਂਕਿ ਪੌੜੀ ਰਾਹੀਂ ਲਾਉਣਾ ਹੈ, ਵਜਨ ਇਹਦਾ ਆਪਦਾ ਹੀ ਇੰਨਾ ਕਿਹਾ ਧੱਕ ਕੇ ਲੈ ਜਾਂਦਾ ਅੱਗੇ ਨੂੰ। ਧੱਕ ਕੇ ਲੈ? ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਬਾਈ ਜਿਵੇਂ ਮੈਂ ਦੇਖ ਰਿਹਾ ਹਾਂਗਾ, ਇਹ ਜਦੋਂ ਫਿਰ ਤੁਹਾਡੇ ਕੋਲ ਬਣਨਾ ਆਇਆ ਸੀਗਾ ਹਨਾ, ਤਿਆਰ ਹੋਣ ਨੂੰ ਆਇਆ ਸੀਗਾ, ਹਾਲਤ ਕਿਹੋ ਜਿਹੀ ਸੀ ਇਹਦੀ? ਬਹੁਤ ਗੰਭੀਰ ਸੀ ਵੀਰੇ, ਬਹੁਤ ਜ਼ਿਆਦਾ, ਅਤੇ ਕੁਛ ਇਹਦੇ ਪਾਰਟ ਵੀ ਚੇਂਜ ਕੀਤੇ ਨੇ ਅਸੀਂ ਨੇ, ਅਤੇ ਖਾਸੀ ਜਾਣੀ ਕਿ ਮੰਦੀ ਹਾਲਤ ਸੀ ਇਹਦੀ, ਮੰਦੀ ਹਾਲਤ ਵੀ ਦੇਖ ਕੇ ਐਂ ਲੱਗਦਾ ਸੀ ਵੀ ਇਹਨੂੰ ਕਿਵੇਂ ਕਰਾਂਗੇ। ਆਪਣੀ ਵੀ ਹਾਂ ਅਸੀਂ ਕਰਦੇ ਆ, ਇਹਨੂੰ ਉਹ ਤਾਂ ਕਰਨਾ ਹੀ ਪੈਣਾ, ਚਾਹੇ ਰੋ ਕੇ ਕਰ ਲਓ ਚਾਹੇ ਹੱਸ ਕੇ ਕਰ ਲਓ, ਏਦਾਂ ਹੀ। ਬਾਈ ਫਿਰ ਜਿਵੇਂ ਨਾ ਮੈਂ ਦੇਖ ਰਿਹਾ ਹਾਂਗਾ, ਇਹਦੇ ਵਿੱਚ ਤੁਸੀਂ ਰੰਗ ਰੁੰਗ ਆਹ ਰੰਗ ਨਾ ਚਮਕਾਏ ਹੋਏ ਨੇ, ਰੰਗ ਕੀਤਾ ਜੀ, ਤੇ ਬਾਕੀ ਸਾਰਾ ਜਾਣੀ ਕਿ ਪਿੱਤਲ ਵਗੈਰਾ ਜਿਹੜਾ ਉਹ ਲੱਗਿਆ ਪਹਿਲਾਂ ਦੀ। ਹਾਂਜੀ ਹੋਰ ਨੀ ਹੁੰਦਾ ਜੀ ਨਾਲ ਜੀ। ਵੈਸੇ ਅੱਜ ਕੱਲ ਤਾਂ ਮੈਂ ਦੇਖਦਾ ਹੁੰਦਾ ਬਾਈ, ਜਿਹੜੇ ਨਾ ਅੱਜ ਕੱਲ ਜਿਵੇਂ ਆਪਾਂ ਏਜੰਸੀ ਵਗੈਰਾ ਜਾਂਦੇ ਹਾਂ, ਗੱਡੀਆਂ ਤੇ ਏਜੰਸੀਆਂ ਜਾਂਦੇ ਹਾਂ, ਉਹ ਤਾਂ ਮਸ਼ੀਨ ਜੀ ਚੱਕੀ ਹੁੰਦੀ ਹੈਗੀ, ਉਹ ਘੁਮਾਈ ਜਾਂਦੇ ਹੈਗੇ, ਕਦੇ ਕਿਹੜਾ ਕੋਟ ਲਾਤਾ, ਕਦੇ ਕੋਈ ਕੋਟ ਜਿਹਾ ਲਾ ਕੇ ਚਮਕਾ ਦਿੰਦੇ ਨੇਗੇ, ਇਹ ਫਿਰ ਨਿੰਬੂ ਨਾਲ ਜਦੋਂ ਲਾਇਆ ਆ ਕੇ ਕਹਿੰਦੇ ਤਾਂ ਹੋਣਗੇ, ਜਦੋਂ ਦੇਖਣ ਵਾਲੇ ਹੁੰਦੇ ਹੋਣਗੇ ਯਾਰ ਤੁਸੀਂ ਨਿੰਬੂ ਨਾਲ ਹੀ ਲੱਗੇ ਪਏ। ਬਿਲਕੁਲ ਬਿਲਕੁਲ ਵੀਰੇ ਯਾਰ, ਐਂ ਮੰਨ ਕੇ ਚੱਲ ਵੀ ਇਹ ਨਿੰਬੂ ਦੇ ਨਾਲ ਹੀ ਹੋਣਾ ਸੀ, ਹੋਰ ਅਸੀਂ ਰੇਗ ਮਾਰ ਲਾਉਂਦੇ ਸੀ ਤਾਂ ਇਹਦੇ ਉੱਤੇ ਸਕਰੈਚ ਪੈਂਦੇ ਸੀਗੇ ਜੀ, ਅਤੇ ਫਿਰ ਇਹ ਨੈਚੁਰਲ ਨਹੀਂ ਨਿਕਲਣਾ ਸੀ, ਉਹ ਤਾਂ ਰੇਗ ਮਾਰ ਨਾਲ ਵੀ ਜਾਣਾ ਸੀ, ਨਾਲੇ ਉਹ ਘਸ ਜਾਣਾ ਸੀਗਾ, ਅਤੇ ਤਾਂ ਕਰਕੇ ਇਹ ਨਿੰਬੂ ਨਾਲ ਬਹੁਤ ਸੌਖੇ ਤਰੀਕੇ ਨਾਲ ਹੋ ਜਾਂਦਾ ਜੀ, ਸੌਖੇ ਤਰੀਕੇ ਨਾਲ। ਹਾਂਜੀ 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 ਬਾਈ। ਵੈਸੇ ਰਿਸਪੌਂਸ ਕਿਹੋ ਜਿਹਾ ਸੀਗਾ ਜਦੋਂ ਤਿਆਰ ਕਰ ਲੱਗੇ, ਕਿਉਂਕਿ ਨਾ ਕੀ ਹੁੰਦਾ ਅਕਸਰ ਕੀ ਹੁੰਦਾ ਨਾ, ਇੱਕ ਗੱਲਾਂ ਹੁੰਦੀਆਂ ਨੇਗੀਆਂ ਭਾਈ ਚੱਲਦੀਆਂ ਹੁੰਦੀਆਂ, ਕਹਿੰਦੇ ਜਿਹੜੇ ਨਾਲ ਰਹਿੰਦੇ ਹੁੰਦੇ ਆਗੇ, ਨਾਲ ਦੇ ਸੰਗੀ ਸਾਥੀ ਹੁੰਦੇ ਨੇਗੇ, ਉਹ ਫੀਡਬੈਕ ਦਿੰਦੇ ਰਹਿੰਦੇ ਹੁੰਦੇ ਆ ਜਦੋਂ ਕੋਈ ਕੰਮ ਬੰਦਾ ਕਰਨ ਲੱਗੇ ਚਾਹੇ ਕਰ ਲਿਆ ਹੋਵੇ, ਪਰ ਜਦੋਂ ਕੰਮ ਕਰਨ ਲੱਗੇ ਸੀ ਕਿੰਨਿਆਂ ਕਿੰਨੇ ਸਾਥ ਦਿੱਤਾ ਸੀਗਾ, ਕਿੰਨਿਆਂ ਕਿੰਨੇ ਡੀਮੋਟੀਵੇਟ ਕੀਤਾ ਸੀ ਯਾਰ। ਸਾਡੇ ਅਰਸ਼ਦੀਪ ਹੋ ਗਿਆ ਜੀ, ਤੇ ਲਾਲੀ ਬਾਠ ਵੀਰਾ ਹੋ ਗਿਆ ਇੱਕ, ਇੱਕ ਜੱਸੀ ਸਿੱਧੂ ਹੋ ਗਿਆ ਜੀ, ਤੇ ਇੱਕ ਤਰਨੀ ਹੋ ਗਿਆ ਜੀ, ਤੇ ਇੱਕ ਮੁੰਡਾ ਜੱਸੀ ਬਾਠ ਆ ਜੀ ਹੋਰ, ਉਹ ਬੈਂਕ 'ਚ ਲੱਗੇ ਹੋਏ ਨੇ। ਪੰਜ ਛੇ ਮੁੰਡੇ ਸੀ ਅਸੀਂ ਇਹਨਾਂ ਦੇ ਘਰ ਹੀ, ਸਾਰਿਆਂ ਨੇ ਜਾਣੀ ਕਿ ਸਹਿਯੋਗ ਦਿੱਤਾ, ਸਾਰਿਆਂ ਨੇ ਤਿਆਰ ਕੀਤਾ ਵੀਰੇ। ਡੀਮੋਟੀਵ ਕਰਨ ਵਾਲੇ ਵੀ ਮਿਲੇ ਹੋਣਗੇ ਵੀਰੇ? ਬਹੁਤ ਜ਼ਿਆਦਾ ਮਿਲਦੇ ਨੇ, ਕਈ ਤਾਂ ਇਹ ਕਹਿੰਦੇ ਸੀ ਇਹ ਹੋਣਾ ਹੀ ਨਹੀਂ, ਤਿਆਰ ਹੀ ਨਹੀਂ ਹੋਣਾ ਤੇ ਤੋਂ। ਅੱਛਾ, ਏਦਾਂ ਜੀ, ਫਿਰ ਹੁਣ ਕਰਕੇ ਦਿਖਾਤਾ, ਹੁਣ ਤਾਂ ਫਿਰ ਫੋਟੋ ਫੋਟੋ ਕਰਾਉਂਦੇ ਹੋਣਗੇ ਨਾਲ ਖੜ ਕੇ, ਕਹਿੰਦੇ ਤਾਂ ਹੋਣਗੇ ਯਾਰ ਵੀ ਰਣਧੀਰ ਫੋਟੋ ਕਰਾ ਲੈਂਦੇ। ਬਾਅਦ 'ਚ ਤਾਂ ਬਹੁਤ ਕੁਛ ਹੁੰਦਾ ਵੀਰੇ, ਗੱਲ ਤਾਂ ਮੌਕੇ ਦੀ ਹੁੰਦੀ ਆ ਵੀ ਜਦੋਂ ਬੰਦਾ ਆਪਾਂ ਨੂੰ ਕਹਿੰਦਾ ਵੀ ਨਹੀਂ ਯਾਰ ਤੇਤੋਂ ਨਹੀਂ ਹੋਣਾ ਇਹ। ਜਿਵੇਂ ਨਾ ਅਕਸਰ ਕੀ ਹੁੰਦਾ ਹੈਗਾ ਜਦੋਂ ਅਜਿਹੀਆਂ ਚੀਜ਼ਾਂ, ਚਲੋ ਵੈਸੇ ਤਾਂ ਜਿਵੇਂ ਮੈਂ ਪਹਿਲਾਂ ਗੱਲ ਕਰੀ ਆ ਨਾ, ਦੇਖਣ ਨੂੰ ਨਹੀਂ ਮਿਲਦੀਆਂ ਹੈਗੀਆਂ, ਪਰ ਜਿਵੇਂ ਹੁਣ ਤੁਸੀਂ ਤਿਆਰ ਕਰਤੀ, ਦੇਖ ਬੜੀ ਸੋਹਣੀ ਲੱਗਦੀ ਹੈਗੀ, ਫਿਰ ਕਈ ਪੁਰਾਣੇ ਬਜ਼ੁਰਗ ਲੰਘਦੇ ਹੋਣਗੇ ਜਾਂ ਫਿਰ ਘਰਾਂ 'ਚ ਗੱਲ ਕਰ ਲਈ ਹੈ ਨਾ, ਘਰਾਂ 'ਚ ਆਪਣੇ ਮਾਂ ਬਾਪ ਹੁੰਦੇ ਨੇਗੇ, ਦੇਖ ਕੇ ਕਹਿੰਦੇ ਤਾਂ ਹੋਣਗੇ, ਪਰ ਪਤਾ ਤਾਂ ਵੀ ਪੁਰਾਣੀ ਯਾਦ ਹੀ ਤਾਜ਼ੀ ਕਰਤੀ ਤੁਸੀਂ ਨੇ ਹੈ ਨਾ, ਇਹ ਤਾਂ ਚੀਜ਼ ਦੇਖਣ ਨੂੰ ਨਹੀਂ ਮਿਲਦੀ ਸੀ, ਨਵੀਂ ਨਵੀਂ ਚੀਜ਼ ਤਿਆਰ ਕਰਕੇ ਖੜਾਤੀ, ਕਿੰਨਾ ਕੁ ਫਿਰ ਮਾਣ ਮਹਿਸੂਸ ਹੁੰਦਾ, ਹੌਸਲਾ ਹੁੰਦਾ ਦਿਲ ਨੂੰ। ਬਹੁਤ ਬਹੁਤ ਵੀਰੇ, ਬਹੁਤ ਫੋਨ ਆਉਂਦੇ ਨੇ ਜਦੋਂ ਵਧੀਆ ਲੱਗਦਾ ਹੈ ਨਾ ਜੀ, ਚਲੋ ਵੀ ਆਪਾਂ ਨੂੰ ਵੀ ਕੋਈ ਆਪਾਂ ਚੀਜ਼ 'ਤੇ ਜਦੋਂ ਕਿਸੇ ਚੀਜ਼ 'ਤੇ ਵਰਕ ਕਰਦੇ ਹੈ ਨਾ, ਜੇ ਆਪਾਂ ਨੂੰ ਚਾਰ ਬੰਦੇ ਵਧੀਆ ਗੱਲ ਕਹਿੰਦੇ ਨੇ ਤਾਂ ਆਪਾਂ ਨੂੰ ਹਰੇਕ ਬਾਈ। ਫਿਰ ਜਦੋਂ ਅਜਿਹੀ ਚੀਜ਼ ਬਣਾਈ ਹੈ ਨਾ, ਤਿਆਰ ਕਰੀ, ਪਹਿਲਾਂ ਤਾਂ ਜਿਵੇਂ ਵੈਸੇ ਮੈਂ ਕਿਹਾ ਵੀ ਦੁਰਲੱਭ ਚੀਜ਼ ਹੈਗੀ ਨਾ, ਦੇਖਣ ਨੂੰ ਨਹੀਂ ਮਿਲਦੀਆਂ ਇਹ ਚੀਜ਼ਾਂ ਤਾਂ, ਫਿਰ ਜਦੋਂ ਤਿਆਰ ਕਰਾ ਕੇ ਘਰੇ ਲਿਆਂਦੀ, ਘਰਦਿਆਂ ਨੇ ਜਦੋਂ ਦੇਖਿਆ ਤਾਂ ਹੋਊਗਾ ਵੀ ਭਾਈ ਪੁਰਾਣੀ ਯਾਦ ਤਾਜ਼ੀ ਹੋ ਗਈ, ਫਿਰ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਵੀ ਜਿਹੜਾ ਕੰਮ ਨੂੰ ਪਹਿਲਾਂ ਤੁਰੇ ਸੀ ਉਹ ਕਾਮਯਾਬ ਹੋ ਗਿਆ। ਮਾਣ ਤਾਂ ਵੀਰੇ ਇੱਦਾਂ ਹੀ ਗੱਲ ਲਾਈ ਵੀ ਜਿੱਦਾਂ ਆਪਾਂ ਮਿਹਨਤ ਕਰਦੇ ਹਾਂ ਕਿਸੇ ਵੀ ਚੀਜ਼ 'ਤੇ ਕਰਦੇ ਹਾਂ, ਕੋਈ ਵੀ ਬੰਦਾ ਕਰਦਾ ਹੈ ਨਾ ਜੀ, ਅਤੇ ਮਾਣ ਤਾਂ ਉਹਨੂੰ ਬੰਦੇ ਨੂੰ ਹੁੰਦਾ ਹੀ ਹੈ ਜਦੋਂ ਆਪਾਂ ਵਰਕ 3-4 ਮਹੀਨੇ ਉਹਨੂੰ ਟਾਈਮ ਦਿੱਤਾ ਚੀਜ਼ ਨੂੰ, ਅਤੇ ਜਦੋਂ 10 ਬੰਦੇ ਕਹਿੰਦੇ ਨੇ ਵੀ ਹਾਂ ਵਾਕਈ ਬਹੁਤ ਸੋਹਣੀ ਚੀਜ਼ ਬਣਾਈ ਹੈ, ਅਤੇ ਮਾਣ ਤਾਂ ਬਹੁਤ ਜ਼ਿਆਦਾ ਹੁੰਦਾ ਵੀਰੇ। ਹਾਂਜੀ ਨਹੀਂ, ਵੈਸੇ ਤਿਆਰ ਹੋਣ ਤੋਂ ਬਾਅਦ ਇਹ ਤੋਰ ਕੇ ਦੇਖਿਆ, ਬਲਦ ਬੁਲਦ ਜੋੜ ਕੇ ਵਧੀਆ ਚੱਲਦਾ ਪੂਰਾ? ਬਿਲਕੁਲ ਵੀਰੇ, ਬਿਲਕੁਲ ਬਹੁਤ ਵਧੀਆ ਜੀ, ਦਿੰਦਾ ਫਿਰ ਉਹੀ ਪੂਰੇ ਪੰਜਾਬ ਵਾਲਾ ਫੀਲ ਪੂਰਾ ਜੀ, ਬਿਲਕੁਲ ਜੀ, ਕੋਈ ਦਿੱਕਤ ਹੀ ਨਹੀਂ ਹੈਗੀ ਵੀਰੇ। ਹਾਂ ਜੀ ਹਾਂ ਵੀਰੇ, ਫਿਰ ਜਿਵੇਂ ਨਾ ਰੰਗ ਮੈਂ ਦੇਖ ਰਿਹਾ ਹਾਂ, ਰੰਗ ਵਗੈਰਾ ਤੁਸੀਂ ਕਰਿਆ ਹੋਇਆ ਹੈਗਾ ਵਿੱਚ, ਆਹ ਇੱਥੇ ਵੀ ਸਿਲਵਰ ਕਰਤਾ, ਇੱਥੇ ਗੋਲਡਨ ਹੋ ਗਿਆ, ਵੀ ਸਿਲਵਰ ਆ ਗਿਆ, ਇਹ ਫਿਰ ਆਪਦੀ ਚੋਇਸ ਸੀਗੀ ਜਾਂ ਕਿ ਕੋਈ ਸੁਝਾਅ ਦਿੱਤਾ ਜਾਂ ਫਿਰ ਕੋਈ ਫੋਟੋ ਦੇਖੀ ਸੀ? ਜਿਨ੍ਹਾਂ ਦਾ ਹੈਗਾ ਸੀ ਉਹ ਕਹਿੰਦੇ ਸੀ ਬਲੈਕ ਕਰ ਦਿਓ, ਤੇ ਮੈਂ ਕਿਹਾ ਵੀ ਬਲੈਕ ਨਹੀਂ ਕਰਦੇ, ਬਲੈਕ ਨਾਲ ਥੋੜੀ ਲੁੱਕ ਖਰਾਬ ਹੋਣੀ ਸੀ ਇਹਦੀ, ਉੱਠਣਾ ਨਹੀਂ ਸੀਗਾ ਇਹਨੇ, ਤੇ ਤਾਂ ਕਰਕੇ ਆਪਾਂ ਡੱਲ ਬਰਾਊਨ ਕੀਤਾ ਜੀ, ਆਪਾਂ ਇਹਨੂੰ ਚਮਕਾਲਾ ਤਾਂ ਨਹੀਂ ਕੀਤਾ ਜੀ ਵੀ ਇਹਦੀ ਲੁੱਕ ਆ ਜਿਹੜੀ ਪੁਰਾਣੀ ਹੀ ਰਹੇ, ਨਿਊ ਨਾ ਹੋ ਜੇ, ਮਤਲਬ ਪੁਰਾਣੇ ਵਾਲੀ ਝਲਕ ਆਵੇ।
चार पाँच महीनों की मेहनत तो बाद यह रंग तुहाडे सामने पेश होया है, बड़ा चंगा लग रहा है भाई। फिर जिवें ना ये तैयार तो हो गया है ना, चलो हुण तैयार हो गया, फिर देख के दे कहिंदे भाई देखो देख नवे नवे ऑर्डर आने शुरू हो जाते ना, फिर नवे नवे कोई होर डिमांडा खड़ी खड़िया होने शुरू हो जाते हैं, फिर इस तो बाद कोई होर ऑर्डर आया इस तरह का जब किसी ने कॉन्टैक्ट होया भी कोई तैयार करके दो? हाँ जी बहुत आ रहे हैं मेरे कॉलों, बहुत आ रही हैं ने, बाहरों भी फॉरन चो भी फोन आ रहे हैं, तो देखते अगर नैक्सट टाइम की बनता जी। हाँ जी हाँ जी, फिर मैंने लगता जल्दी है ना कोई नवी चीज़ आप सप कटन जा रहे हैं, तो थोड़े सामने लैके भी जरूर हाजिर होवे भाई। फिर मैं चाहूँगा ना, वैसे तो चलो आप मोटी मोटी गल कर ली, कोई तुसी खास तो जरूर दसो, मैं भी कहूँगा क्योंकि मैंने जिन्नी जिनी चीज़ पता लगी सी मैं पूछ लिया, हुण तुसी दसो तुहाडी जवानी भी किहड़ा किहड़ा पार्ट किस तरह तैयार होया ते कित्थे कित्थे किन्नी किन्नी मेहनत आई है? ਵੀਰੇ ਮਿਹਨਤ ਤਾਂ ਆਇਆ ਕਿ ਮੰਨ ਕੇ ਚੱਲੋ ਆ ਜਿਹੜਾ ਮੂਲਾ ਪਾਰਟ ਆਪਾਂ ਨੇ ਚੇਂਜ ਕੀਤਾ ਜੀ, ਇੱਥੇ ਆਹ ਵਾਲਾ ਬਾਈ ਇਹ ਸਾਰਾ ਆਪਾਂ ਵੱਢ ਕੇ ਕੀਤਾ ਜੀ। ਠੀਕ ਹੈ, ਅਤੇ ਇੱਕ ਉਹ ਜਿਹੜੀ ਨੀਚੇ ਠੋਡ ਕਹਿੰਦੇ ਨੇ ਇਹਨੂੰ ਜੀ, ਉਹ ਜਿਹੜੀ ਜਿੱਥੇ ਖੜਾ ਜੀ ਇਹ, ਅਤੇ ਉਹ ਆਪਾਂ ਤਿਆਰ ਕੀਤਾ ਜੀ। ਲੋਹੇ ਦੀ ਲੱਗਦੀ ਹੈ ਨਾ ਵੀਰੇ ਮੈਨੂੰ ਇਹ? ਹਾਂਜੀ ਇਹਦੇ ਵਿੱਚ ਲੱਕੜ ਆ ਵੀਰੇ, ਸਾਰੀ ਵਿੱਚ ਲੱਕੜ ਸਾਈਡਾਂ 'ਤੇ ਚਾਰ ਸਪਰੇਅ ਅਤੇ ਲੋਹਾ ਹੀ ਲੱਗਿਆ ਹੋਇਆ ਜੀ, ਸਾਈਡਾਂ 'ਤੇ ਚਾਰ। ਹਾਂਜੀ, ਅਤੇ ਇਹਨਾਂ ਨੂੰ ਲੱਗੇ ਸੀ ਵੀਰੇ ਪੰਜ ਚਾਰ ਜਣੇ ਇਹਨਾਂ 'ਤੇ ਲੱਗੇ ਸੀ, ਅਤੇ ਬਾਕੀ ਰੰਗ ਰੁੰਗ ਤਾਂ ਮੰਨ ਕੇ ਚੱਲੋ 10-15 ਦਿਨ ਲੱਗੇ ਆਪਣੇ। ਬਿਲਕੁਲ ਬਾਈ, ਜਿਵੇਂ ਉਹ ਮੈਂ ਦੇਖ ਰਿਹਾ ਪੱਤੀਆਂ ਲੱਗੀਆਂ, ਲੋਹੇ ਦੀਆਂ ਨੇ ਪੱਤੀਆਂ ਤਾਂ ਇਹ ਨਾ? ਹਾਂਜੀ ਵੀਰੇ, ਸਾਰੀਆਂ ਲੋਹੇ ਦੀਆਂ ਨੇ ਜੀ। ਇਹ ਫਿਰ ਪੁਰਾਣੀਆਂ ਨੇ ਜਾਂ ਇਹ ਤਾਂ ਲੋਹਾ ਨਵਾਂ ਹੀ? ਸਾਰਾ ਪੁਰਾਣਾ ਵੀਰੇ, ਆਪਾਂ ਲੋਹੇ ਦੇ ਵਰਕ ਪਾਸ ਸਿਰਫ ਕੰਮ ਮੂਹਰੇ ਕੀਤਾ ਵੀਰੇ, ਬਾਕੀ ਸਾਰਾ ਪੁਰਾਣਿਆਂ ਜਾਂ ਦੋ ਚੀਜ਼ਾਂ ਪਿੱਛੇ ਚੇਂਜ ਕੀਤੀਆਂ ਸੀ ਆਪਾਂ ਨੇ ਪਿੱਛੇ, ਉਹ ਵੀ ਚੀਜ਼ ਹਾਂ ਤੁਹਾਡੇ ਸਕਰੀਨ 'ਤੇ ਸ਼ੋਟ ਚੱਲ ਰਹੇ ਹੋਣਗੇ, ਅਤੇ ਬਾਕੀ ਸਾਰਾ ਜਾਣੀ ਕਿ ਆਪਾਂ ਜਿਹੜੇ ਪਹੀਏ ਨੇ ਸਾਰੇ ਤਿਆਰ ਕੀਤੇ ਨੇ, ਅਤੇ ਬਾਕੀ ਜੋ ਵੀ ਪਿੱਤਲ ਵਗੈਰਾ ਇਹਨਾਂ ਦਾ ਉਹ ਸਾਰਾ ਆਪਾਂ ਨੇ ਹੱਥੀਂ ਵਰਤਿਆ। ਕੰਪਲੀਟ ਹੋ ਗਿਆ ਹੁਣ ਇਹ ਕਿ ਨਹੀਂ? ਹਾਲੇ ਵੀਰੇ ਇਹਦੇ ਵਿੱਚ ਆ ਜਿਹੜੀਆਂ ਰੱਸੀਆਂ ਰਹਿੰਦੀਆਂ ਨੇ ਪਾਉਣ ਵਾਲੀਆਂ, ਇੱਕ ਤਾਂ ਇੱਕ ਬੈਕ ਸਾਈਡ 'ਤੇ ਰੱਸੀਆਂ ਰਹਿੰਦੀਆਂ ਨੇ ਜੀ, ਇੱਕ ਇੱਥੋਂ ਦੀ ਬਾਂਸ ਲੰਘਦਾ ਹੁੰਦਾ ਜਿਹੜੇ ਉਹ ਦੇਖ ਰਹੇ ਹੋ ਤੁਸੀਂ ਆ ਸਾਹਮਣੇ ਨੇ ਜੀ ਜੀ, ਬਿਲਕੁਲ 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 ਬਿਲਕੁਲ, ਇਹਦੇ ਵਿੱਚ ਜੀ ਇੱਥੋਂ ਬਾਂਸ ਲੰਘੂਗਾ ਜੀ ਬਸ, ਜਾਂ ਦੋ ਹੋਰ ਹੈਗੇ ਜੀ ਬਸ, ਬਾਕੀ ਸਾਰਾ ਕੰਪਲੀਟ ਹੈ, ਬਾਕੀ ਸਾਰਾ ਕੰਪਲੀਟ। ਹਾਂਜੀ 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 ਭਾਈ, ਫਿਰ ਜਿਵੇਂ ਦੱਸਿਆ ਵੀ 4-5 ਮਹੀਨੇ ਲੱਗੇ ਸੀ ਨਾ ਬਣਾਉਣ? ਹਾਂਜੀ ਵੀਰੇ, 5-5 ਮਹੀਨੇ ਲੱਗ ਹੀ ਜਾਂਦੇ ਨੇ ਵੀਰੇ, ਉਹ ਵੀ ਜੇ ਲੱਕੜ ਆਪਾਂ ਨੂੰ ਸੁੱਕੀ ਆ ਉਦਾਂ ਤਾਂ ਵੈਸੇ 1.5 ਸਾਲ ਹੋ ਗਿਆ ਇਹਨੂੰ ਸਾਡੇ ਲਵੇ। ਅੱਛਾ, ਹਾਂਜੀ, ਅਤੇ ਜਾਣੀ ਕਿ 4-5 ਮਹੀਨੇ ਲਗਾਤਾਰ ਚੱਲਦਾ ਵੀਰੇ ਕੰਮ ਇਹਤੇ? 4-5 ਮਹੀਨੇ ਚੱਲਦਾ। ਹਾਂਜੀ ਹਾਂਜੀ ਹਾਂਜੀ, 5 ਮਹੀਨਿਆਂ ਦੇ ਵਿੱਚ ਬਾਈ ਜਿਵੇਂ ਹੁੰਦਾ ਨਾ ਕਈ ਵਾਰ ਨਾ ਘਰ ਦੇ ਕਹਿਣ ਲੱਗ ਜਾਂਦੇ ਨੇ ਯਾਰ ਵੀ ਹੁਣ ਤੈਨੂੰ ਬਹੁਤ ਟਾਈਮ ਹੋ ਗਿਆ, ਹਾਂਜੀ ਹਾਂਜੀ, ਘਰ ਦੇ ਬਾਰੇ ਵੀ ਦੇਖ ਲਾ ਥੋੜ੍ਹਾ ਜਿਹਾ, ਜਾਂ ਫਿਰ ਕੰਮ ਦੇ ਬਾਰੇ ਵੀ ਦੇਖ ਲਾ, ਕੁਛ ਇੱਦਾਂ ਤੱਕ ਤਾਂ ਨਹੀਂ ਸੁਣਨ ਨੂੰ ਮਿਲਿਆ ਯਾਰ? ਸਾਰੀਆਂ ਗੱਲਾਂ ਹੀ ਹੁੰਦੀਆਂ ਨੇ ਹਨਾ ਜੀ, ਹੁਣ ਵੀ ਜਾਣੀ ਕਿ ਸਾਨੂੰ ਆਈ ਹੋਇਆ ਵੀ ਛੇਤੀ ਇਹਨੂੰ ਕਰਕੇ ਦੇ ਦਈਏ, ਕਰਕੇ ਦੇ, ਹਾਂ ਵੀ, ਪਰ ਗੱਲ ਉਹੀ ਆ ਵੀ ਜਦੋਂ ਜਾਣਾ ਇਹਨੇ ਉਦੋਂ ਹੀ ਜਾਣਾ। ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ ਭਾਈ। ਫਿਰ ਮੈਂ ਚਾਹੁੰਗਾ ਜਾਂਦੇ ਨਾ ਆਪਣਾ ਫੋਨ ਨੰਬਰ ਤੇ ਐਡਰੈਸ ਜ਼ਰੂਰ ਦੱਸ ਦਿੱਤਾ ਕਿ ਨਾ, ਕੁਝ ਕਿਹੜੇ ਆਪਣੀ ਵੀਡੀਓ ਨਾਲ ਵੀ ਪੰਜਾਬੀ ਲੋਕ ਜੁੜੇ ਹੋਣਗੇ ਜਿਨ੍ਹਾਂ ਨੂੰ ਪੁਰਾਣੇ ਸੱਭਿਆਚਾਰ ਨਾਲ ਪਿਆਰ ਹੈਗਾ, ਤਾਂ ਜਾਂ ਫਿਰ ਜਿਹੀਆਂ ਚੀਜ਼ਾਂ ਕੋਈ ਤਿਆਰ ਕਰਾਉਣੀ ਚਾਹੁੰਦੇ ਹੋਣਗੇ ਆਪਣਾ ਫੋਨ ਨੰਬਰ ਤੇ ਐਡਰੈਸ ਜ਼ਰੂਰ ਦੱਸ ਦਿਓ। ਪਿੰਡ ਕੱਟੂ ਆ ਜੀ ਆਪਣਾ ਜੀ, ਜ਼ਿਲ੍ਹਾ ਬਰਨਾਲਾ ਜੀ, ਅਤੇ ਫੋਨ ਨੰਬਰ ਹੈਗਾ ਜੀ 81980-28-244 ਜੀ, 81980-28-244 ਜੀ। ਬਹੁਤ ਬਹੁਤ ਧੰਨਵਾਦ ਬਾਈ, ਬਹੁਤ ਚੰਗਾ ਲੱਗਿਆ ਮੈਨੂੰ, ਉਮੀਦ ਹੈ ਕਿ ਜਲਦੀ ਵੀ ਆਪਾਂ ਨਵੀਂ ਵੀਡੀਓ ਨਾਲ ਅਤੇ ਨਵੇਂ ਪੁਰਾਣੇ ਇਤਿਹਾਸ ਨਾਲ ਲੈ ਕੇ ਜਲਦੀ ਹਾਜ਼ਰ ਹੋਵਾਂਗੇ। ਬਹੁਤ ਬਹੁਤ ਧੰਨਵਾਦ ਬਾਈ। ਸੋ ਬਾਈ ਰਣਤੀ ਇੰਨਾ ਮੁਲਾਕਾਤ ਹੋਈ ਸੀ, ਬੜਾ ਚੰਗਾ ਲੱਗਿਆ ਬਾਈ ਨੂੰ ਮਿਲ ਕੇ ਹੈ ਨਾ, ਕਿਉਂਕਿ ਜਿਵੇਂ ਇਹ ਚੀਜ਼ਾਂ ਨੇਗੀਆਂ ਇਹ ਤਾਂ ਬਾਈ ਦੇਖਣ ਨੂੰ ਨਹੀਂ ਮਿਲਦੀਆਂ, ਪਰ ਅੱਜ ਤਾਂ ਤੁਹਾਡੇ ਕੋਲ ਨਵੀਂ ਜਿਵੇਂ ਕਹਿੰਦੇ ਹੁੰਦੇ ਆ ਬਾਈ ਗੱਡੀ ਸ਼ੋਅਰੂਮ 'ਚੋਂ ਕੱਢ ਕੇ ਖੜਾਤੀ, ਉਹ ਦੇਖ ਲਿਆ ਕਿ ਤੁਹਾਡੇ ਸਾਹਮਣੇ ਸਨਮੁਖ ਕਰਤੀ ਆਪਾਂ ਨੇ ਤਾਂ, ਬੜਾ ਚੰਗਾ ਲੱਗਿਆ ਮੈਨੂੰ ਤਾਂ ਦੇਖ ਕੇ ਯਾਰ, ਪੁਰਾਣੇ ਪੰਜਾਬ ਦੀ ਯਾਦ ਆਉਂਦੀ ਹੈਗੀ, ਪੁਰਾਣੇ ਮੇਲਿਆਂ ਦੇ ਵਿੱਚ ਜਦੋਂ ਬਜ਼ੁਰਗ ਜਾਂਦੇ ਸੀ ਕਹਿੰਦੇ ਭਾਈ ਤੁਰਲੇ ਚਾਦਰੇ ਬੰਨ ਕੇ ਖੁੰਡਾ ਫੜ ਕੇ ਹੱਥਾਂ ਦੇ ਵਿੱਚ, ਉਹ ਦਿਨ ਯਾਦ ਆਉਂਦੇ ਨੇਗੇ। ਉਮੀਦ ਇਹੀ ਹੈ ਤੁਹਾਨੂੰ ਵੀ ਪੁਰਾਣਾ ਇਤਿਹਾਸ ਪੁਰਾਣਾ ਸੱਭਿਆਚਾਰ ਯਾਦ ਆਇਆ ਹੋਊਗਾ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਤਦ ਜੁੜੇ ਰਹੋ ਪੰਜਾਬ ਨਿਊਜ਼ ਦੇ ਨਾਲ, ਮੈਨੂੰ ਯਾਨੀ ਕਿ ਹਰਦੀਪ ਸ਼ੇਰਪਨ ਦੀ ਇਜਾਜ਼ਤ, ਧੰਨਵਾਦ।